ਵਤਨ ਟੀਵੀ ਦੇ ਦਰਸ਼ਕਾਂ ਨੂੰ ਅੱਜ ਅਸੀਂ ਮਿਲਾਉਣ ਜਾ ਰਹੇ ਹਾਂ ਵੈਨਕੂਵਰ ਤੋਂ ਪਹੁੰਚੇ ਇਤਿਹਾਸਕਾਰ ਤੇ ਲੇਖਕ ਸੋਨ ਸਿੰਘ ਪੁੰਨੀ ਹਰਨ ਨਾਲ ਪਿਛਲੇ ਕੁ ਸਮੇਂ ਤੋਂ ਇਹਨਾਂ ਨੇ ਇੱਕ ਕਿਤਾਬ ਇੱਕ ਲਿਖੀ ਆ ਕੈਨੇਡੀਅਨ ਪੰਜਾਬੀਆਂ ਦੇ ਉੱਪਰ ਭਾਰਤੀਆਂ ਦੇ ਉੱਪਰ ਇਹ ਕਿਤਾਬ ਰਿਲੀਜ਼ ਕਰਨ ਵਾਸਤੇ ਅੱਜ ਸਾਡੇ ਕੋਲੇ ਪਹੁੰਚੇ ਆ ਆਓ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਜੀ ਐਡਮਿੰਟਨ ਦੇ ਵਿੱਚ ਤੁਹਾਡਾ ਵੀ ਬਹੁਤ ਬਹੁਤ ਮਿਹਰਬਾਨੀ ਜੀ ਤੇ ਟੀਵੀ ਵਤਨ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੁਨੀਸਵਾਹ ਵਿੱਚ ਕਿਤਾਬ ਜਿਹੜੀ ਅਸੀਂ ਦੇਖ ਰਹੇ ਹਾਂ ਕੈਨੇਡਾ ਦੇ ਗਦਰ ਯੋਧੇ ਇਹਦੇ ਸਬੰਧ ਵਿੱਚ ਤੁਸੀਂ ਦੱਸੋ ਕਿ ਇਹ ਕਿਤਾਬ ਜਿਹੜੀ ਆ ਇੰਨੀ ਵੱਡੀ ਇਹਦੇ ਵਿੱਚ ਤੁਸੀ ਕਿੱਥੋਂ ਪ੍ਰੇਰਨਾ ਮਿਲੀ ਤੁਹਾਨੂੰ ਇਹ ਕਿਤਾਬ ਲਿਖਣ ਬਾਰੇ ਦੇਖੋ ਜੀ ਪਹਿਲਾਂ ਸ਼ੁਰੂਆਤ ਤੇ 1999 ਵਿੱਚ ਗਿਆਨੀ ਕੇਸੂ ਸਿੰਘ ਨੇ ਮੇਰੀ ਡਿਊਟੀ ਲਗਾਈ ਸੀ ਜਦੋਂ ਕਾਮਾਗਾਟਾ ਮਾਰ ਦੀ 75ਵੀਂ ਐਨੀਵਰਸਰੀ ਮਨਾਏ ਤੇ ਮੈਂ ਲੇਖ ਲਿਖ ਦੇ ਕਾਮਾਗਾਟਾ ਮਾਰੂ ਬਾਰੇ ਉਹਨਾਂ ਨੇ ਉਹ ਲੇਖ ਦੇਖ ਕੇ ਮੇਰੀ ਡਿਊਟੀ ਲਈ ਸੀ ਕਿ ਸੋਣ ਤੂੰ ਉਹਨਾਂ ਗਦਰ ਯੋਧਿਆਂ ਬਾਰੇ ਜ਼ਰੂਰ ਲਿਖੀ ਜਿਹੜੇ ਕਿ ਇਥੋਂ ਕੈਨੇਡਾ ਅਮਰੀਕਾ ਦੀ ਧਰਤੀ ਤੋ ਜਾ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਲੜੇ ਸੀ ਸੋ ਉਦੋਂ ਮੇਰੇ ਮਨ ਵਿੱਚ ਵਿਚਾਰ ਆਇਆ ਸੀ ਪਰ ਬਾਅਦ ਦੇ ਵਿੱਚ ਜਾ ਕੇ 2000 ਈਸਵੀ ਦੇ ਵਿੱਚ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਠੀਕ ਹੈ ਇਹ ਕੰਮ ਨੂੰ ਸਿਰੇ ਚੜ੍ਹਨ ਵਾਸਤੇ ਕਿੰਨਾ ਸਮਾਂ ਲੱਗਾ ਤੁਹਾਨੂੰ ਇਹਨੂੰ ਮੈਨੂੰ ਪੂਰੇ 9 ਸਾਲ ਲੱਗੇ 2000 ਦੇ ਵਿੱਚ ਮੈਂ ਕੰਮ ਸ਼ੁਰੂ ਕੀਤਾ ਸੀ ਤੇ 2009 ਦੇ ਵਿੱਚ ਜਾ ਕੇ ਖਤਮ ਹੋਇਆ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਦੱਸੋ ਜਦੋਂ ਤੁਸੀਂ ਲਿਖਦੇ ਸੀ ਇਹ ਇਦੇ ਵਿੱਚ ਕਿੰਨਾ ਸਮਾਂ ਤੁਹਾਨੂੰ ਲੱਗਦਾ ਜੇ 9 ਸਾਲ ਤੇ ਲੱਗੇ 9 ਸਾਲ ਵਿੱਚੋਂ ਡੇਲੀ ਤੁਸੀਂ ਰੋਜ਼ ਤੱਕ ਲਿਖਦੇ ਸੀ ਕਿੰਨੇ ਘੰਟੇ ਤੁਸੀਂ ਕੰਮ ਕਰਦੇ ਸੀ ਇਹ ਦੇਖੋਜ ਕਰਦੇ ਸੀ ਦੇਖੋ ਇਹ ਮੇਰਾ ਕੰਮ ਇਸ ਤਰ੍ਹਾਂ ਦਾ ਹੈ ਕਿ ਮੈਂ 8 ਘੰਟੇ ਕੰਮ ਦੇ ਉੱਤੇ ਮੈਨੂੰ ਕੰਮ ਨਹੀਂ ਸੀ ਕੋਈ ਕਰਨਾ ਪੈਂਦਾ ਮੇਰੀ ਜੌਬ ਇਸ ਤਰ੍ਹਾਂ ਦੀ ਹੈ ਕਿ ਉੱਥੇ ਮੈਂ ਪੜਦਾ ਲਿਖਦਾ ਹੀ ਸੀ ਸੋ 8 ਘੰਟੇ ਤਾਂ ਉਹ ਹੁੰਦੇ ਸੀ ਹਰ ਰੋਜ਼ 5 ਦਿਨ ਹਫ਼ਤੇ ਦੇ ਤੇ ਘਰ ਆ ਕੇ ਵੀ ਮੈਨੂੰ ਹੋਰ ਕੋਈ ਸ਼ੌਕ ਨਹੀਂ ਮੈਨੂੰ ਪੜਨ ਲਿਖਨ ਦਾ ਸ਼ੌਕ ਹੈ ਘਰ ਆ ਕੇ ਵੀ ਮੈਂ ਲੱਗਾ ਰਹਿੰਦਾ ਸੀ ਸੋ ਘੰਟਿਆਂ ਦੇ ਵਿੱਚ ਨਹੀਂ ਗਿਣਿਆ ਜ਼ਿਆਦਾ ਇਹ ਨਹੀਂ ਕਿ 1-2 ਘੰਟੇ ਰੋਜ਼ ਨਹੀਂ ਹਰ ਰੋਜ਼ ਹੀ ਮੈਂ ਇਸ ਕਿਤਾਬ ਦੇ ਬਾਰੇ ਹੀ ਖੋਜ ਕਰਦਾ ਸੀ ਤੁਹਾਡੇ ਤੋਂ ਪਹਿਲਾਂ ਇਹਨਾਂ ਗਦਰ ਯੋਧਿਆਂ ਬਾਰੇ ਗਿਆਨੀ ਕੇਸਰ ਸਿੰਘ ਉਹਨਾਂ ਨੇ ਕਾਫੀ ਕਿਤਾਬਾਂ ਲਿਖੀਆਂ ਨੇ ਉਹ ਜਦੋਂ ਲਿਖਦੇ ਸਨ ਉਹਨਾਂ ਦੇ ਲਿਖਣ ਵਿੱਚ ਤੇ ਹੁਣ ਤੁਸੀਂ ਉਹਨਾਂ ਤੋਂ ਬਾਅਦ ਜਦੋਂ ਲਿਖਿਆ ਤੁਹਾਨੂੰ ਕੀ ਫਰਕ ਲੱਗਾ ਇਹ ਖੋਜ ਕਰਦੇ ਸਮੇ ਸਮਗਰੀ ਜਿਹੜੀ ਆ ਉਹ ਕਿਵੇਂ ਉਹ ਕਿਵੇਂ ਪ੍ਰਾਪਤ ਕਰਦੇ ਸੀ ਤੁਸੀਂ ਕਿੱਥੋਂ ਇਹ ਸਮਗਰੀ ਜਿਹੜੀ ਲਈ ਦੇਖੋ ਗਿਆਨੀ ਉਹਨਾਂ ਦਾ ਮੈਂ ਬੜਾ ਸਤਿਕਾਰ ਕਰਦਾ ਆ ਪਰ ਜਿਹੜੀ ਉਹਨਾਂ ਦੀਆਂ ਲਿਖਤਾਂ ਉਹ ਇਤਿਹਾਸਿਕ ਨਾਵਲ ਨੇ ਉਹ ਹਿਸਟਰੀ ਨਹੀਂ ਹੈਗੀ ਜਿਹੜੀ ਮੇਰੀ ਕਿਤਾਬ ਆ ਇਹ ਇਤਿਹਾਸ ਬਾਰੇ ਹੈ ਤੱਥਾਂ ਉੱਤੇ ਮਤਲਬ ਨਿਰਭਰ ਕਰਦੀ ਹੈ ਤੇ ਇਹਦੇ ਵਿੱਚ ਕਿਸੇ ਪਾਸੇ ਵੀ ਮਨ ਘੜਤ ਗੱਲ ਨਹੀਂ ਜਦੋਂ ਮੈਂ ਗਿਆਨੀ ਹੁਣ ਨਾਵਲ ਦੀ ਗੱਲ ਕਰਦਾ ਮਨ ਘੜਦਾ ਮਤਲਬ ਇਹ ਨਹੀਂ ਕਿ ਉਹ ਝੂਠ ਬੋਲ ਰਹੀ ਸੀ ਲੇਕਿਨ ਨਾਵਲ ਜਿਹੜਾ ਹੈ ਉਹਨੂੰ ਰੌਚਕ ਬਣਾਉਣ ਲਈ ਤੁਹਾਨੂੰ ਕਈ ਗੱਲਾਂ ਆਪਣੇ ਕੋਲੋਂ ਵੀ ਲਿਖਣੀਆਂ ਪੈਂਦੀਆਂ ਠੀਕ ਹੈ ਜੀ ਇਹਦੇ ਵਿੱਚ ਕਿੰਨੇ ਗਦਰ ਯੋਧਿਆਂ ਦਾ ਤੁਸੀਂ ਜ਼ਿਕਰ ਕੀਤਾ ਹੈ ਇਹਦੇ ਵਿੱਚ 41 ਗਦਰ ਜਵਾਨਾਂ ਦੀਆਂ ਜੀਵਨੀਆਂ ਹੈਗੀਆਂ ਔਰ ਸਾਰੇ ਦੇ ਸਾਰੇ ਕੈਨੇਡਾ ਦੇ ਹੈਗੇ ਨੇ ਜਿਹੜੇ ਕਿ ਬੈਂਕੂਵਰ ਦੇ ਏਰੀਆ ਵਿੱਚ ਰਹਿੰਦੇ ਸੀ ਸੋ ਇਹਦੇ ਵਿੱਚ ਉਹਨਾਂ ਦੀਆਂ ਜੀਵਨੀਆਂ ਹੈਗੀਆਂ ਨੇ ਠੀਕ ਹੈ ਇਹਨਾਂ ਦੇ ਵਿੱਚੋਂ ਜਦੋਂ ਤੁਸੀਂ ਲਿਖਦੇ ਹੋ ਇਹਦੇ ਬਾਰੇ ਇਹਨਾਂ ਗਦਰ ਯੋਧਿਆਂ ਬਾਰੇ 41 ਦੇ ਵਿੱਚੋਂ ਕਿੰਨੇ ਜਿਹੜੇ ਆ ਉਹਨਾਂ ਨੂੰ ਉੱਥੇ ਜਾ ਕੇ ਸਜ਼ਾਾਂਵਾਂ ਹੋਈਆਂ ਹਨ ਹਿੰਦੁਸਤਾਨ ਦੇ ਵਿੱਚ ਤੇ ਕਿਹੋ ਜੀ ਸਜ਼ਾ ਭੁਗਤਣੀ ਪਈ ਦੇਖੋ ਜੀ ਜਿਹੜੇ ਸਾਡੇ ਕੈਨੇਡਾ ਦੇ ਯੋਧੇ ਸੀ ਉਹਨਾਂ ਵਿੱਚ 14 ਗਦਰ ਜਿਹੜੇ ਨੇ ਉਹ ਹਿੰਦੁਸਤਾਨ ਦੀ ਆਜ਼ਾਦੀ ਲਈ ਸ਼ਹੀਦ ਹੋਏ ਨੇ ਤੇ ਦਰਜਣਾਂ ਐਸੇ ਨੇ ਜਿਨ੍ਹਾਂ ਨੇ ਉਮਰ ਕਦਾ ਕੱਟੀਆਂ ਹਿੰਦੁਸਤਾਨੀਆਂ ਜੇਲਾਂ ਵਿੱਚ ਜਾਂ ਅੰਡੇਮਾਨ ਦੀ ਜਿਹੜੀ ਜੇਲ ਸੀ ਉਹਦੇ ਵਿੱਚ ਠੀਕ ਹੈ ਤੁਸੀਂ ਜਦੋਂ ਇਤਿਹਾਸ ਦੀ ਖੋਜ ਕਰਦੇ ਹੋ ਪਿੱਛੇ ਜੇ ਤੁਸੀਂ ਕੁਝ ਸਾਲ ਪਹਿਲਾਂ ਇੱਕ ਲੇਖ ਵੀ ਲਿਖਿਆ ਸੀ ਕੋਮਾਗਾਟਾ ਮਾਰੂ ਦੇ ਸਬੰਧ ਵਿੱਚ ਜਿਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਉਹ ਕੈਨੇਡਾ ਪਾਸੋਂ ਉਸ ਵੇਲੇ ਦਾ ਮੁਆਵਜ਼ਾ ਮੰਗਦੀ ਆ ਕੋਮਾਗਾਟਾ ਮਾਰੂ ਵੇਲੇ ਦਾ ਉਹਦੇ ਬਾਰੇ ਦੱਸੋ ਥੋੜਾ ਵਿਸਥਾਰ ਉਹ ਐਕਚੁਅਲੀ ਖਬਰ ਪਿੱਛੇ ਜਾਈ ਹੈ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਕਿ ਪੰਜਾਬ ਦੀ ਸਰਕਾਰ ਆ ਉਹ ਕਨੇਡੀਅਨ ਸਰਕਾਰ ਤੋਂ ਕੋਈ 7-8 ਕਰੋੜ 143 ਮਿਲੀਅਨ ਡਾਲਰ ਮੰਗ ਰਹੀ ਆ ਉਹ ਐਕਚੁਅਲੀ ਮੈਂ ਲੇਖ ਲਿਖਿਆ ਸੀ ਅਜ ਤੋਂ 3-4 ਸਾਲ ਪਹਿਲਾਂ ਉਹ ਕਿਸੇ ਉਹਨਾਂ ਨੇ ਲਿਖ ਪੜਿਆ ਸੋ ਉਹ ਪੜ ਕੇ ਉਹ ਮੰਗ ਕਰ ਰਹੇ ਨੇ ਕਿ ਕਨੇਡੀਅਨ ਸਰਕਾਰ ਨੇ ਸਾਡਾ 143 ਮਿਲੀਅਨ ਡਾਲਰ ਦੇਣਾ ਹੈਗਾ ਗੱਲ ਇਸ ਤਰ੍ਹਾਂ ਸੀ ਕਿ 1914 ਦੇ ਵਿੱਚ ਜੋ ਕਾਮਾਗਾਟਾ ਮਾਰੂ ਜਹਾਜ਼ ਆਇਆ ਸੀ ਤਾਂ ਭਾਈ ਗਰਦੇਤ ਸਿੰਘ ਉਸ ਜਹਾਜ਼ ਦੀ ਕਿਸ਼ਤ ਨਹੀਂ ਸੀ ਤਾਰ ਸਕੇ ਤੇ ਕੈਨੇਡਾ ਦੀ ਜਿਹੜੀ ਹਿੰਦੁਸਤਾਨੀ ਕਮਿਊਨਿਟੀ ਸੀ ਉਹਨਾਂ ਨੇ ਪੈਸੇ ਇਕੱਠੇ ਕਰਕੇ 15000 ਡਾਲਰ ਦੇ ਕੇ ਜਿਹੜਾ ਜਹਾਜ਼ ਸੀ ਉਹ ਭਾਈ ਗਰਦੇਤ ਸਿੰਘ ਤੋਂ ਬਦਲ ਕੇ ਉਹਦਾ ਪਟਾ ਸੀ ਜੋ ਲੀਸ ਸੀ ਉਹ ਕੈਨੇਡੀਅਨ ਕਮਿਊਨਿਟੀ ਦੇ ਜਿਹੜੀ ਹਿੰਦੁਸਤਾਨੀ ਕਮਿਊਨਿਟੀ ਦਾ ਲੀਡਰਸ਼ਿਪ ਭਾਈ ਭਾਗ ਸਿੰਘ ਅਤੇ ਹਸੈਨ ਰਹੀਮ ਉਹਨਾਂ ਦੇ ਨਾਂ ਕਰਵਾ ਲਿਆ ਸੀ ਸੋ ਜੂਨ 1914 ਤੋਂ ਬਾਅਦ ਜਹਾਜ਼ ਸੀ ਉਹ ਭਾਈ ਗੁਰਦੇਵ ਸਿੰਘ ਦਾ ਨਹੀਂ ਸੀ ਉਹ ਹੁਣ ਕੈਨੇਡਾ ਦੀ ਹਿੰਦੂਸਤਾਨੀ ਕਮੇਟੀ ਦਾ ਸੀ ਜਦੋਂ ਉਹਨਾਂ ਨੇ ਇਹਨੂੰ ਡਿਪੋਰਟ ਕਰਨ ਅਸੀਂ ਵਾਪਸ ਭੇਜਣਾ ਸੀ ਕਾਮਾਗਾਟਾ ਮਰਦੇ ਮਸਾਫਰਾਂ ਨੂੰ ਤਾਂ ਉਹ ਜਾਂ ਤਾਂ ਆਪਣੇ ਜਹਾਜ਼ ਤੇ ਭੇਜ ਦੇ ਜਾਂ ਗੁਰਦੇਵ ਸਿੰਘ ਦੇ ਜਹਾਜ਼ ਤੇ ਭੇਜ ਦੇ ਜਾਂ ਜਾਪਾਨੀ ਕੰਪਨੀ ਦੇ ਜਹਾਜ਼ ਤੇ ਭੇਜ ਦੇ ਪਰ ਉਹ ਜਹਾਜ਼ ਸੀ ਜਿਹੜਾ ਹੁਣ ਉਹ ਵੈਨਕੂਵਰ ਦੀ ਕੈਨੇਡਾ ਦੀ ਹਿੰਦੂਸਤਾਨੀ ਕਮੇਟੀ ਦਾ ਸੀ ਤੇ ਭਾਈ ਭਾਗ ਸਿੰਘ ਜਿਹਨਾਂ ਦੇ ਨਾਮ ਤੇ ਪਟਾ ਸੀ ਉਹਨਾਂ ਨੇ ਉਹਨਾਂ ਨੂੰ ਕੈਨੇਡੀਅਨ ਸਰਕਾਰ ਨੂੰ ਲਖਤੀ ਬੈਂਤੀ ਕੀਤੀ ਸੀ ਕਿ ਜੇ ਮੇਰਾ ਜਹਾਜ਼ ਤੁਸੀਂ ਵਰਤਣਾ ਹੈ ਕਾਮਾਗਾਟਾ ਮਾਰੂ ਦੇ ਮਸਾਫਰਾਂ ਨੂੰ ਵਾਪਸ ਭੇਜਣ ਲਈ ਤਾਂ ਇਹਦਾ ਮੈਨੂੰ ਬਣਦਾ ਮੁਆਵਜ਼ਾ ਦੇਵੋ ਕਿਰਾਇਆ ਦੇਵੋ 350 ਮਸਾਫਰਾਂ ਦਾ 100 ਡਾਲਰ ਪ੍ਰਤੀ ਮਸਾਫਰ ਦੇ ਹਿਸਾਬ ਨਾਲ ਉਹਨਾਂ ਨੇ 35000 ਡਾਲਰ ਮੰਗਿਆ ਸੀ ਜਿਹੜਾ ਕਿ ਕੈਨੇਡੀਅਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਇਹਦੇ ਉੱਤੇ ਹਮਦਰਦੀ ਨਾਲ ਵਿਚਾਰ ਕਰਨਗੇ ਤੇ ਦੇਣਗੇ ਲੇਕਿਨ ਬਾਅਦ ਦੇ ਵਿੱਚ ਸਤੰਬਰ 5 ਨੂੰ ਭਾਈ ਭਗ ਸਿੰਘ ਹੋਣੀ ਸ਼ਹੀਦ ਹੋ ਗਿਆ ਬੈਂਕਵਰ ਦੇ ਗੁਰਦਾਰੇ ਦੇ ਵਿੱਚ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਬਾਕੀ ਜਿਹੜੇ ਗਦਰੀ ਲੀਡਰ ਸੀ ਉਹ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ਹਿੰਦੁਸਤਾਨ ਨੂੰ ਸੋ ਇੱਥੇ ਕੋਈ ਲੀਡਰ ਨਹੀਂ ਬਚਿਆ ਤੇ ਕੈਨੇਡੀਅਨ ਸਰਕਾਰ ਨੇ ਉਹ ਪੈਸਾ ਦੇਣਾ ਨਾ ਕਰ ਦਿੱਤੀ ਜੇ ਉਹ ਲੀਡਰ ਹੁੰਦੇ ਤਾਂ ਉਹਨਾਂ ਨੇ ਉਸ ਵੇਲੇ ਦੇ ਇਹ ਕੇਸ ਅਦਾਲਤ ਵਿੱਚ ਲਿਜਾਣਾ ਸੀ ਮੇਰੀ ਆਰਗੂਮੈਂਟ ਇਹ ਹੈ ਕਿ ਹਿੰਦੂਸਤਾਨੀ ਜੋ ਕਮਿਊਨਿਟੀ ਆ ਕੈਨੇਡਾ ਦੀ ਉਹਨਾਂ ਨੂੰ ਹੁਣ ਇਹ ਕੇਸ ਜਿਹੜਾ ਆ ਉਹ ਕੈਨੇਡੀਅਨ ਅਦਾਲਤਾਂ ਵਿੱਚ ਲਿਜਾਣਾ ਚਾਹੀਦਾ ਹੈ ਪਹਿਲਾਂ ਸਰਕਾਰ ਤੋਂ ਮੰਗ ਕਰਨੀ ਚਾਹੀਦੀ ਹੈ ਜੇ ਸਰਕਾਰ ਮੰਗ ਨਹੀਂ ਮੰਦੀ ਤਾਂ ਇਹ ਕੇਸ ਅਦਾਲਤਾਂ ਵਿੱਚ ਲਿਜਾਣਾ ਚਾਹੀਦਾ ਤੇ ਉਦੋਂ ਦਾ ਜਿਹੜਾ 35 ਜੀ ਡਾਲਰ ਬਣਦਾ ਆ ਉਹ ਅੱਜ 96 ਸਾਲ ਬਾਅਦ 143 ਮਿਲੀਅਨ ਡਾਲਰ ਤੋਂ ਉੱਤੇ ਬਣਦਾ ਹੈ ਸੋ ਮੈਂ ਉਸ ਮੁਆਵਜ਼ੇ ਦੀ ਗੱਲ ਕੀਤੀ ਆ ਤੇ ਪੰਜਾਬ ਦੀ ਸਰਕਾਰ ਨੇ ਕਿਤੋਂ ਲੇਖ ਪੜਿਆ ਤੇ ਉਹ ਇਹ ਕਹਿ ਰਹੇ ਨੇ ਕੋ ਐਂਟਰੀ ਫੀਸ ਹੀ مسافرਾਂ ਦੀ ਫੀਸ ਹੀ ਸਾਨੂੰ ਮਿਲਣਾ ਚਾਹੀਦਾ ਪਰ ਉਹਨਾਂ ਦਾ ਕੋਈ ਹੱਕ ਨਹੀਂ ਨਾ ਉਹ ਸੱਚ ਆ ਜੇ ਉਹਦੇ ਉੱਤੇ ਹੱਕ ਹੈ ਜਿਹੜੀ ਮੇਰੀ ਆਰਗੂਮੈਂਟ ਆ ਸਿਰਫ ਤੇ ਸਿਰਫ ਕੈਨੇਡਾ ਦੀ ਹਿੰਦੁਸਤਾਨੀ ਕਮਿਊਨਿਟੀ ਦੀ ਕਿਉਂਕਿ ਉਹਨਾਂ ਨੇ ਆਪਣੇ ਕੋਲ ਪੈਸੇ ਦੇ ਕੇ ਜਹਾਜ਼ ਦਾ ਪਟਾ ਆਪਣੇ ਨਾਂ ਕਰਾਇਆ ਸੀ ਠੀਕ ਹੈ ਜੀ ਇਹ ਜਿਹੜੀ ਕਿਤਾਬ ਤੁਸੀਂ ਲਿਖੀ ਆ ਪੰਜਾਬੀਆਂ ਵਾਸਤੇ ਸਾਡੇ ਪੜ੍ਹਨ ਵਾਸਤੇ ਕਿ ਇੱਥੋਂ ਦੇ ਜਿਹੜੇ ਬੱਚੇ ਹਾਂ ਜੀ ਉਹ ਨਮਸਤੇ ਇੰਗਲਿਸ਼ ਦੇ ਵਿੱਚ ਕਿਤਾਬ ਕੋਈ ਬਣੀ ਆ ਜਾਂ ਛਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਕਿ ਇਥੋਂ ਦੀ ਜਿਹੜੀ ਜਨਰੇਸ਼ਨ ਹੈ ਪੀਡੀਐਸ ਸਾਡੀ ਉਹ ਵੀ ਇਹ ਸਾਰਾ ਕੁਝ ਜਾਣ ਸਕਣ ਦੇਖੋ ਗਦਰ ਲਹਿਰ ਉੱਤੇ ਤਾਂ ਕਿਤਾਬਾਂ ਹੈਗੀਆਂ ਇੰਗਲਿਸ਼ ਦੇ ਵਿੱਚ ਮਿਲਦੀਆਂ 1 2 ਆਪਣੇ ਡਾਕਟਰ ਹਰੀਸ਼ ਪੁਰੀ ਹੋਏ ਨੇ ਗੁਰੂ ਨਾਨਕ ਜੁਨੀਵਰਸਿਟੀ ਵਿੱਚ ਉਹ ਪ੍ਰੋਫੈਸਰ ਸੀ ਉਹਨਾਂ ਦੀ ਕਿਤਾਬ ਬੜੀ ਵਧੀਆ ਹੈਗੀ ਹੋਰ ਵੀ ਹੈਗੀਆਂ ਨੇ ਪਰ ਜਿਹੜੇ ਗਦੀਆਂ ਯੋਧਿਆਂ ਦੀਆਂ ਜੀਵਨੀਆਂ ਹੈਗੀਆਂ ਨੇ ਇਸ ਢੰਗ ਦੇ ਨਾਲ ਇਹ ਮੇਰੇ ਖਿਆਲ ਪਹਿਲੀ ਕਿਤਾਬ ਹੈਗੀ ਆ ਜਿਹੜੀ ਕਿ ਇਸ ਤਰ੍ਹਾਂ ਲਿਖੀ ਗਈ ਹੈ ਤੋਂ ਇਹਦਾ ਅੰਗਰੇਜ਼ੀ ਦੇ ਵਿੱਚ ਅਨਵਾਦ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਆਸ ਕਰਦੇ ਹਾਂ ਕਿ ਛੇਤੀ ਹੀ ਅੰਗਰੇਜ਼ੀ ਦੇ ਵਿੱਚ ਇਹ ਕਿਤਾਬ ਉਪਲਬਧ ਹੋਵੇਗੀ ਠੀਕ ਹੈ ਅਖੀਰ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਤੇ ਦੂਸਰਾ ਇਹ ਦੱਸੋ ਕਿ ਜੇ ਉਹ ਇਹ ਕਿਤਾਬ ਤੁਹਾਡੀ ਲੈਣੀ ਚਾਹਣ ਐਡਮਿੰਟਨ ਦੇ ਵਿੱਚ ਤੇ ਕਿੱਥੋਂ ਲੈ ਸਕਦੇ ਆ ਦੇਖੋ ਮੇਰਾ ਫੋਨ ਹੈਗਾ ਇਸ ਕਿਤਾਬ ਦੇ ਬਿਧ ਤਾ ਮੈਂ ਹੁਣ ਵੀ ਬੋਲ ਦਿੰਦਾ ਮੇਰਾ ਸੈੱਲ ਨੰਬਰ ਹੈਗਾ 604 761 2195 604 761 2195 ਮੈਨੂੰ ਫੋਨ ਕਰ ਸਕਦੇ ਨੇ ਮੈਂ ਐਡਮਿੰਟਨ ਦਾ ਐਡਰੈਸ ਦੇ ਦੇਵਾਂਗਾ ਉੱਥੋਂ ਜਾ ਕੇ ਕਿਤਾਬ ਲੈ ਸਕਦੇ ਨੇ ਤੇ ਬਾਕੀ ਜਿਹੜੀ ਤੁਸੀਂ ਕਹ ਕੇ ਮੈਂ ਕੀ ਕਮੈਂਟੀ ਨੂੰ ਸੁਨੇਹਾ ਦੇਣਾ ਚਾਹੁੰਦਾ ਉਹ ਇਹ ਹੀ ਹੈ ਕਿ ਸਾਨੂੰ ਆਪਣੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਉਹਨਾਂ ਬਜ਼ੁਰਗਾਂ ਦੀ ਕਹਾਣਾਂ ਦੇ ਨਾਲ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਤੇ ਕੈਨੇਡਾ ਵਿੱਚ ਸਾਡੇ ਹੱਕਾਂ ਲਈ ਇੱਥੇ ਕੁਰਬਾਨੀਆਂ ਕੀਤੀਆਂ ਉਹਨਾਂ ਦੀ ਬਦੌਲਤ ਅਸੀਂ ਇਸ ਮੁਲਕ ਦੇ ਵਿੱਚ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹਾਂ ਉਰੇ ਮੁਲਕ ਬੜਾ ਵਧੀਆ ਇਹਨੂੰ ਹੋਰ ਵਧੀਆ ਬਣਾਉਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਤੇ ਐਟ ਦਾ ਸੇਮ ਟਾਈਮ ਜਿਹੜੇ ਸਾਡੇ ਹੱਕ ਬਣਦੇ ਨੇ ਉਹਨਾਂ ਦੇ ਸਾਨੂੰ ਇੱਥੇ ਸੰਘਰਸ਼ ਕਰਨਾ ਚਾਹੀਦਾ ਹੈ ਤੇ ਉਹ ਸੰਘਰਸ਼ ਦਾ ਤਰੀਕਾ ਇਹੀ ਹੈ ਕਿ ਜਿਹੜੀਆਂ ਇੱਥੋਂ ਦੀਆਂ ਰਾਜਸੀ ਪਾਰਟੀਆਂ ਨੇ ਉਹਨਾਂ ਦੇ ਤੱਕ ਆਪਣੀ ਮੰਗ ਪਹੁੰਚਾਈ ਜਾਵੇ ਉਹਨਾਂ ਦੇ ਵਿੱਚ ਐਕਟਿਵ ਹੋਇਆ ਜਾਵੇ ਤਾਂ ਜਿਹੜੇ ਸਾਡੇ ਮਸਲੇ ਨੇ ਜੋ ਵੀ ਹੈਗੇ ਨੇ ਮਿਸਾਲ ਦੇ ਤੌਰ ਤੇ ਸਾਡੇ ਜਿਹੜੇ ਇੰਡੀਆ ਤੋਂ ਪ੍ਰੋਫੈਸ਼ਨਲ ਆਉਂਦੇ ਨੇ ਉਹਨਾਂ ਦੇ ਜਿਹੜੇ ਮਤਲਬ ਵਿਦਿਆ ਨੂੰ ਇੱਥੇ ਮਾਨਤਾ ਨਹੀਂ ਦਿੱਤੀ ਜਾਂਦੀ ਸੋ ਇਸ ਕਿਸਮ ਦੇ ਜੋ ਵੀ ਮਸਲੇ ਨੇ ਉਹ ਇਸ ਢੰਗ ਨਾਲ ਅਸੀਂ ਮਤਲਬ ਆਪਣੇ ਨਿਜਟ ਸਕਦੇ ਹੈਗੇ ਆ ਠੀਕ ਹੈ ਜੀ ਮਿਹਰਬਾਨੀ ਬਹੁਤ 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 ਬਤਨਵਾਜੀ ਥੈਂਕ ਯੂ ਅਸੀਂ ਆਪਣੇ ਦਰਸ਼ਕਾਂ ਦੱਸਣਾ ਚਾਹੁੰਦੇ ਆ ਕਿ ਇੱਕ ਕਿਤਾਬ ਜਿਹੜੀ ਆ ਤੁਸੀਂ ਸਾਡੇ ਨਾਲੇ ਰਾਬਤਾ ਕਰ ਸਕਦੇ ਹੋ ਵਤਨ ਟੀਵੀ ਦੇ ਨਾਲ ਜੇ ਕਿਤਾਬ ਚਾਹੀਦੀ ਹੈ ਇਹ 100 ਸਾਲ ਪਹਿਲਾਂ ਵੈਨਕੂਵਰ ਦੇ ਵਿੱਚ ਜੋ ਕੁਝ ਹੋਇਆ ਉਹਦੇ ਤੋਂ ਬਾਅਦ 90 ਸਾਲ ਹੋਏ ਹੁਣ ਜਿਹੜੇ ਗਦਰੀ ਇਥੋਂ ਗਏ ਉਹਨਾਂ ਬਾਰੇ ਜਿੰਨਾ ਕੁਛ ਇੰਨਾ ਵਧੀਆ ਕਿਤਾਬ ਦੇ ਵਿੱਚ ਲਿਖਿਆ ਗਿਆ ਆ ਇਹ ਕਿਤਾਬ ਜਿਹੜੀ ਆ ਅਸੀਂ ਅਪੀਲ ਕਰਦੇ ਆ ਵਤਨ ਟੀਵੀ ਵੱਲੋਂ ਵੀ ਕਿ ਹਰ ਪੰਜਾਬੀ ਦੀ ਜਿਹੜੀ ਲਾਇਬ੍ਰੇਰੀ ਆ ਉਹਦਾ ਇਹ ਸ਼ਿੰਗਾਰ ਬਣਨੀ ਚਾਹੀਦੀ ਹਿੱਸਾ ਹੋਣੀ ਚਾਹੀਦੀ ਆ ਬੱਚਿਆਂ ਵਾਸਤੇ ਜਦੋਂ ਇੰਗਲਿਸ਼ ਵਿੱਚ ਆਈ ਕਿਤਾਬ ਉਹ ਜਦੋਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਮਿਹਰਬਾਨੀ